ਵਾਤਾਵਰਨ ਇੱਥੇ ਬਹੁਤ ਵਧੀਆ ਹੈ। 2019 'ਚ ਇਹਨੂੰ ਇੰਟਰਨੈਸ਼ਨਲ ਦਰਜਾ ਮਿਲਿਆ ਰਾਮਸਰ ਇਰਾਨ ਸੰਧੀ ਦੇ ਅਧੀਨ। ਪਹਿਲਾਂ ਇਹ ਨੈਸ਼ਨਲ ਵੈਟਲੈਂਡ ਸੀ, ਹੁਣ ਇੰਟਰਨੈਸ਼ਨਲ ਵੈਟਲੈਂਡ ਹੈ। ਜਦੋਂ ਇਹਨੂੰ ਇੰਟਰਨੈਸ਼ਨਲ ਵੈਟਲੈਂਡ ਦਾ ਦਰਜਾ ਮਿਲਿਆ ਤਾਂ ਉਦੋਂ ਲੋਕਾਂ ਨੂੰ ਬੜੀ ਉਮੀਦ ਸੀ ਕਿ ਇੰਟਰਨੈਸ਼ਨਲ ਮੈਪ 'ਤੇ ਨੰਗਲ ਆ ਗਿਆ, ਸੈਰ ਸਪਾਟਾ ਵੀ ਵਧੇਗਾ ਅਤੇ ਚੌਗਿਰਦਾ ਮਿੱਤਰ ਵਿਕਾਸ ਹੋਏਗਾ ਝੀਲ ਦਾ। ਪਰ ਉਸ ਤੋਂ ਬਾਅਦ ਕਰੋਨਾ ਆ ਗਿਆ ਅਤੇ ਉਸ ਤੋਂ ਬਾਅਦ ਸਰਕਾਰੀ ਹਨੇਰਾ ਰਿਹਾ। ਹੁਣ ਤੱਕ ਸਿਰਫ ਨਾਮ ਹੀ ਹੈ, ਇੰਟਰਨੈਸ਼ਨਲ ਵੈਟਲੈਂਡ ਹੋਇਆ ਇੱਥੇ ਕੱਖ ਵੀ ਨਹੀਂ। ਇਹ ਮਤਲਬ ਕੌੜਾ ਸੱਚ। ਮੇਰੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਤਾਂ ਇੱਥੇ ਸਟਾਫ ਚਾਹੀਦਾ ਸਥਾਈ। ਇੱਥੇ ਕੋਈ ਵੀ ਵਾਈਲਡ ਲਾਈਫ ਡਿਪਾਰਟਮੈਂਟ ਦਾ ਸਟਾਫ ਨਹੀਂ ਹੈ। ਨੰਗਲ ਸ਼ਹਿਰ ਜੋ ਕਿ ਖੂਬਸੂਰਤ ਹੈ ਅਤੇ ਸਰਕਾਰ ਵੱਲੋਂ ਇਸਨੂੰ ਵੈਟਲੈਂਡ ਬਣਾਇਆ ਗਿਆ ਹੈ। ਪ੍ਰਵਾਸੀ ਪੰਛੀ ਵੱਡੀ ਗਿਣਤੀ ਵਿੱਚ ਆਉਂਦੇ ਹਨ ਅਤੇ ਆਪਣੇ ਰੰਗ ਦਿਖਾਉਂਦੇ ਹਨ, ਜਿਹਨੂੰ ਦੇਖ ਕੇ ਲੋਕਾਂ 'ਚ ਰੌਣਕਾਂ ਲੱਗਦੀਆਂ ਹਨ, ਲੋਕ ਦੇਖਣ ਜਾਂਦੇ ਨੇ। ਦਿਖਾਂ ਤਾਂ ਹੈ ਕਿ ਇਸ ਸਤਲੁਜ ਦਰਿਆ ਦੇ ਵਿੱਚ ਗੰਦ ਪੈਂਦਾ ਹੈ, ਫੈਕਟਰੀਆਂ ਦਾ ਗੰਦ ਪੈਂਦਾ ਹੈ, ਸੀਵਰੇਜ ਦਾ ਗੰਦ ਪੈਂਦਾ, ਅਨਟ੍ਰੀਟਡ ਜਿਹੜਾ ਪਾਣੀ ਹੈ, ਜਿਹੜਾ ਗੰਦਾ ਪਾਣੀ ਗਿਰਦਾ ਹੈ। ਇੱਥੇ ਕਿਸ ਹਿਸਾਬ ਨਾਲ ਵਾਤਾਵਰਨ ਹੈਗਾ, ਕਿੰਨੀ ਕੁ ਪ੍ਰਜਾਤੀ ਆਉਂਦੀ ਹੈ? ਵਾਤਾਵਰਨ ਇੱਥੇ ਬਹੁਤ ਵਧੀਆ ਹੈ। 2019 'ਚ ਇਹਨੂੰ ਇੰਟਰਨੈਸ਼ਨਲ ਦਰਜਾ ਮਿਲਿਆ ਰਾਮਸਰ ਇਰਾਨ ਸੰਧੀ ਦੇ ਅਧੀਨ। ਪਹਿਲਾਂ ਇਹ ਨੈਸ਼ਨਲ ਵੈਟਲੈਂਡ ਸੀ, ਹੁਣ ਇੰਟਰਨੈਸ਼ਨਲ ਵੈਟਲੈਂਡ ਹੈ। ਔਰ ਇੱਥੇ ਰੂਸ, ਚੀਨ, ਯੂਕਰੇਨ, ਕਜ਼ਾਕਿਸਤਾਨ, ਅਫਗਾਨਿਸਤਾਨ, ਚੀਨ ਅਤੇ ਮੰਗੋਲੀਆ ਤੋਂ ਹਰ ਸਾਲ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਆ। ਇਹ ਵੱਖਰੀ ਗੱਲ ਹੈ ਕਿ ਜਿਵੇਂ ਹਰੀ ਕੇ ਪੱਤਣ 'ਚ 2.5 ਲੱਖ ਆਉਂਦਾ ਹੈ ਜਾਂ ਪਿਛਲੇ ਸਾਲ 1,17,000 ਪੌਂਗ 'ਚ ਆਇਆ, ਇੱਥੇ ਇੰਨਾ ਜ਼ਿਆਦਾ ਨਹੀਂ ਆਉਂਦਾ। ਪਰ ਇੱਥੇ ਵੀ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਆ ਕਿਉਂਕਿ ਇਹ ਵੀ ਏਰੀਆ ਕਾਫੀ ਖੁੱਲ੍ਹਾ ਹੈ, ਕਿਉਂਕਿ 95 ਫੁੱਟ ਉੱਚੇ ਨੰਗਲ ਡੈਮ ਦੇ ਪਿੱਛੇ ਇਹ ਬੜੇ ਸਾਫ਼ ਪਾਣੀ ਦੀ ਸਤਲੁਜ ਝੀਲ ਹੈ। ਜਿਸ ਹਿਸਾਬ ਨਾਲ ਪੰਛੀ ਇੰਤਜ਼ਾਰ ਕਰਦੀ ਜਾ ਰਹੀ ਹੈ, ਦੇਖੋ ਜਦੋਂ ਇਹਨੂੰ ਇੰਟਰਨੈਸ਼ਨਲ ਵੈਟਲੈਂਡ ਦਾ ਦਰਜਾ ਮਿਲਿਆ ਤਾਂ ਉਦੋਂ ਲੋਕਾਂ ਨੂੰ ਬੜੀ ਉਮੀਦ ਸੀ ਕਿ ਇੰਟਰਨੈਸ਼ਨਲ ਮੈਪ 'ਤੇ ਨੰਗਲ ਆ ਗਿਆ, ਸੈਰ ਸਪਾਟਾ ਵੀ ਵਧੇਗਾ ਅਤੇ ਚੌਗਿਰਦਾ ਮਿੱਤਰ ਵਿਕਾਸ ਹੋਏਗਾ ਝੀਲ ਦਾ। ਪਰ ਉਸ ਤੋਂ ਬਾਅਦ ਕਰੋਨਾ ਆ ਗਿਆ ਅਤੇ ਉਸ ਤੋਂ ਬਾਅਦ ਸਰਕਾਰੀ ਹਨੇਰਾ ਰਿਹਾ। ਹੁਣ ਤੱਕ ਸਿਰਫ ਨਾਮ ਹੀ ਹੈ, ਇੰਟਰਨੈਸ਼ਨਲ ਵੈਟਲੈਂਡ ਹੋਇਆ ਇੱਥੇ ਕੱਖ ਵੀ ਨਹੀਂ। ਇਹ ਮਤਲਬ ਕੌੜਾ ਸੱਚ ਹੈ। ਮੇਰੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਤਾਂ ਇੱਥੇ ਸਟਾਫ ਚਾਹੀਦਾ ਸਥਾਈ। ਇੱਥੇ ਕੋਈ ਵੀ ਵਾਈਲਡ ਲਾਈਫ ਡਿਪਾਰਟਮੈਂਟ ਦਾ ਸਟਾਫ ਨਹੀਂ ਹੈ। ਜਿਹੜਾ ਜੰਗਲੀ ਜੀਵ ਵਿਆਖਿਆ ਕੇਂਦਰ ਹੈ ਉਹ ਠੀਕ ਹੈ, ਉੱਥੇ 2-3 ਮੁਲਾਜ਼ਮ ਹੈ, ਪਰ ਉਹ ਅਸਥਾਈ ਮੁਲਾਜ਼ਮ ਹੈ। ਇਹ ਏਰੀਆ ਬਹੁਤ ਵੱਡਾ ਹੈ, ਰੈਸਕਿਊ ਕਰਨ ਦੇ ਲਈ ਉਹਨਾਂ ਕੋਲ ਕੋਈ ਗੱਡੀ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਜੇ ਕਿਸੇ ਵੀ ਪੰਛੀ ਨੂੰ ਜਾਂ ਇਸ ਏਰੀਏ ਦੇ ਵਿੱਚ ਜਿਹੜੇ ਸਾਡੇ ਲੋਕਲ ਜਾਨਵਰ ਹੈ ਜਿਹੜੇ ਜੰਗਲਾਂ 'ਚ ਰਹਿੰਦੇ, ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਗੱਡੀ ਰੋਪੜ ਤੋਂ ਮੰਗਵਾਉਣੀ ਪੈਂਦੀ ਹੈ, ਔਰ ਰੋਪੜ ਵਾਲੀ ਗੱਡੀ ਵੀ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਤੱਕ ਜਾਂਦੀ ਹੈ। ਯਾਨੀ ਰਿਸੋਰਸਿਸ ਦੀ ਬਹੁਤ ਜ਼ਿਆਦਾ ਕਮੀ ਹੈ ਅਤੇ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ। ਇਸ ਕਰਕੇ ਹੰਟਿੰਗ ਵੀ ਜਿਹੜੀ ਇਸ ਏਰੀਏ 'ਚ ਹੁੰਦੀ ਹੈ। ਪਿਛਲੀ ਵਾਰੀ ਲੈਪਰਡ ਦਾ ਸ਼ਿਕਾਰ ਕਰਦੇ ਜਿਹੜੇ ਸ਼ਿਕਾਰੀ ਵੀ ਫੜੇ ਗਏ ਸੀ। ਦੇਖੋ ਇਹ ਇੱਕ ਬੜਾ ਗੰਭੀਰ ਤੁਸੀਂ ਗੱਲ ਕਹੀ, ਇਹ ਜਿਹੜਾ ਰਿਵਰ ਸਤਲੁਜ ਹੈ ਇਹ 1450 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ, ਰਕਸ਼ਤਾ ਲੇਕ ਚਾਈਨਾ ਤੋਂ ਪੰਚਨਾਦ ਪਾਕਿਸਤਾਨ ਤੱਕ। ਅਤੇ ਜੇ ਅਸੀਂ ਸਪੈਸ਼ਲ ਇੱਥੇ ਗੱਲ ਕਰੀਏ, ਵੈਸੇ ਤਾਂ ਸਾਰੀ ਜਗ੍ਹਾ ਹੀ ਮਲਬਾ ਕਚਰਾ ਹਿਮਾਚਲ 'ਚ ਵੀ ਸਿੱਟਿਆ ਜਾ ਰਿਹਾ, ਇੱਥੇ ਪਿਛਲੇ 10-15 ਸਾਲ ਤੋਂ ਇਹ ਝੀਲ ਪ੍ਰਦੂਸ਼ਿਤ ਹੋ ਰਹੀ ਹੈ।
ਕਿਉਂਕਿ ਗੋਲਥਾਈ ਇੰਡਸਟਰੀਅਲ ਏਰੀਆ ਉਹਦਾ ਵੀ ਕਾਫੀ ਪ੍ਰਦੂਸ਼ਿਤ ਪਾਣੀ ਆਉਂਦਾ ਹੈ। ਬੇਸ਼ੱਕ ਉਹਨਾਂ ਨੇ ਕੁਝ ਇੰਤਜ਼ਾਮ ਕੀਤੇ ਪਰ ਬਰਸਾਤ 'ਚ ਕੋਈ ਨਹੀਂ ਪੁੱਛਦਾ। ਅਤੇ ਝੀਲ ਦੇ ਵਿੱਚ ਨਿਰੰਤਰ ਪਲਾਸਟਿਕ ਕਚਰਾ ਸਿੱਟਿਆ ਜਾ ਰਿਹਾ ਔਰ ਉਹ ਸਰਕਾਰੀ ਏਜੰਸੀਆਂ ਵੀ ਸਿੱਟ ਰਹੀਆਂ, ਇਹ ਦੁੱਖ ਦੀ ਗੱਲ ਹੈ। ਔਰ ਕੈਟਰਿੰਗ ਦਾ ਕੰਮ ਕਰਨ ਵਾਲੇ ਵੀ ਇਹਦੇ 'ਚ ਆਪਣਾ ਜਿਹੜਾ ਮਲਬਾ ਸਿੱਟ ਰਿਹਾ, ਇਹ ਅਸਲ ਸੱਚ ਹੈ। ਮੁੱਖ ਕਾਰਨ ਇਹ ਹੈ ਕਿ ਇਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਛੋਟੇ ਸੀ ਜਾਂ ਤੁਹਾਡੀ ਅੱਜ ਤੋਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਤੁਹਾਨੂੰ ਪਤਾ ਹੋਏਗਾ ਕਿ ਇਹਦਾ ਪਾਣੀ ਅਸੀਂ ਪੀ ਲੈਂਦੇ ਸੀ ਅਤੇ ਦੋਨੇ ਜਿਹੜੀ ਨਹਿਰ ਹੈ ਸਾਡੀ ਨੰਗਲ ਪਾਖੜਾ ਜਿਹੜੀ ਨੰਗਲ ਹਾਈਡਲ ਚੈਨਲ ਉਹਦਾ ਵੀ ਅਸੀਂ ਪਾਣੀ ਪੀ ਲੈਂਦੇ ਸੀ ਪਰ ਹੁਣ ਨਹੀਂ ਪੀ ਸਕਦੇ। ਜਲ ਪ੍ਰਦੂਸ਼ਿਤ ਹੋ ਰਿਹਾ ਬਹੁਤ ਤੇਜ਼ੀ ਨਾਲ ਔਰ ਸਭ ਤੋਂ ਵੱਡੀ ਜੇ ਤੁਸੀਂ ਕਦੀ ਇਹ ਚੈੱਕ ਕਰੋ ਕਿ ਸਾਡਾ ਹਵਾ ਦਾ ਪੱਧਰ, ਹਵਾ ਦੀ ਗੁਣਵੱਤਾ ਵੀ ਜਿਹੜੀ ਹੈ ਬਹੁਤ ਨਿਗਾਰ ਵੱਲ ਹੈ, ਜਦਕਿ ਨੰਗਲ ਦਾ ਜਿਹੜਾ ਹਵਾ ਪਾਣੀ ਤਾਂ ਬਹੁਤ ਹੀ ਵਧੀਆ ਮੰਨਿਆ ਜਾਂਦਾ ਸੀ। ਇਹ ਹਵਾ ਪਾਣੀ ਦਾ ਅਸਰ ਹੈ ਔਰ ਜਿਹੜੇ ਕਾਫੀ ਦਰਖਤ ਵੱਢ ਹੋਏ ਹੈ, ਇਨਵਾਇਰਮੈਂਟ ਨਾਲ ਛੇੜਛਾੜ ਹੋਈ ਹੈ, ਇਸ ਕਰਕੇ ਪੰਛੀ ਆਉਣੇ ਬਹੁਤ ਜ਼ਿਆਦਾ ਘੱਟ ਗਿਆ। ਇਸ ਵੇਲੇ ਤਾਂ ਝੀਲ ਭਰੀ ਹੁੰਦੀ ਸੀਗੀ ਅਤੇ 5-6 ਹਜ਼ਾਰ ਬਰਡ ਹੁੰਦਾ ਸੀ ਇੱਥੇ, ਪਰ ਇਸ ਵਾਰੀ ਜਿਹੜੇ ਪੰਛੀ ਘੱਟ ਹੈ ਔਰ ਉਹ ਹੋਰ ਥਾਵਾਂ 'ਤੇ ਸ਼ਿਫਟ ਹੋ ਗਏ, ਜਿਵੇਂ ਰੋਪੜ ਜਾਂ NFL ਦਾ ਐਸ਼ ਪਾਉਂਡ ਹੈ ਜਾਂ ਡਾਊਨ ਸਟ੍ਰੀਮ ਨੰਗਲ ਹੈ। ਦੀਪ ਜੀ ਦੱਸੋ, ਜਿਹੜੇ ਅੱਜ ਕੱਲ੍ਹ ਪ੍ਰਵਾਸੀ ਪੰਛੀ ਦੇਸ਼ ਵਿਦੇਸ਼ ਤੋਂ ਆਏ ਆ, ਕਿੱਦਾਂ ਦਾ ਮਾਹੌਲ ਨੰਗਲ ਵੈਟਲੈਂਡ 'ਚ ਬਣਿਆ ਹੋਇਆ? ਨੰਗਲ ਸ਼ਹਿਰ ਜੋ ਕਿ ਖੂਬਸੂਰਤ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਵੈਟਲੈਂਡ ਬਣਾਇਆ ਗਿਆ ਹੈ। ਇੱਥੇ ਪ੍ਰਵਾਸੀ ਪੰਛੀ ਵੱਡੀ ਗਿਣਤੀ ਵਿੱਚ ਆਉਂਦੇ ਹਨ ਅਤੇ ਆਪਣੇ ਰੰਗ ਦਿਖਾਉਂਦੇ ਹਨ, ਜਿਹਨੂੰ ਦੇਖ ਕੇ ਲੋਕਾਂ 'ਚ ਰੌਣਕਾਂ ਲੱਗਦੀਆਂ ਹਨ, ਲੋਕ ਦੇਖਣ ਜਾਂਦੇ ਨੇ। ਪਰ ਦਿਖਾਂਤ ਹੈ ਕਿ ਇਸ ਸਤਲੁਜ ਦਰਿਆ ਦੇ ਵਿੱਚ ਗੰਦ ਪੈਂਦਾ ਹੈ, ਫੈਕਟਰੀਆਂ ਦਾ ਗੰਦ ਪੈਂਦਾ ਹੈ, ਸੀਵਰੇਜ ਦਾ ਗੰਦ ਪੈਂਦਾ, ਅਨਟ੍ਰੀਟਡ ਜਿਹੜਾ ਪਾਣੀ ਹੈ, ਜਿਹੜਾ ਗੰਦਾ ਪਾਣੀ ਗਿਰਦਾ ਹੈ, ਜਿਹਦੇ ਕਾਰਨ ਪੰਛੀਆਂ ਦੀ ਜਿਹੜੀ ਗਿਣਤੀ ਹੈ ਅਕਸਰ ਘੱਟਦੀ ਰਹਿੰਦੀ ਹੈ। ਅਤੇ ਇਸ ਲਈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜਾ ਉਹਨਾਂ ਦਾ ਕੁਦਰਤੀ ਨਿਵਾਸ ਸਥਾਨ ਹੈ ਉਸ ਨੂੰ ਬਚਾਉਣ ਦੇ ਲਈ ਇੱਥੇ ਜਿਹੜੀ ਗੈਰ ਕਾਨੂੰਨੀ ਤੌਰ 'ਤੇ ਹੁੰਦੀ ਮਾਈਨਿੰਗ ਹੈ ਉਹਨੂੰ ਰੋਕਣਾ ਚਾਹੀਦਾ ਹੈ ਅਤੇ ਜਿਹੜਾ ਇੱਥੇ ਗੰਦ ਪੈਂਦਾ ਹੈ ਉਸ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਜਿਹੜਾ ਇਹਦਾ ਸੋਹਣਾ ਇਲਾਕਾ ਹੈ ਉਹਨੂੰ ਬਚਾਇਆ ਜਾ ਸਕੇ ਅਤੇ ਪੰਛੀ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਆ ਜਾਣ। ਦੀ ਅਟ੍ਰੈਕਸ਼ਨ ਦੇ ਲਈ ਵੱਡੇ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ, ਠੀਕ ਹੈ ਜੀ। ਦੂਸਰਾ, ਵਿਭਾਗ ਨੂੰ ਸਿਰਫ ਸੈਮੀਨਾਰ ਰਾਜ ਪੱਧਰੀ ਕਰਨ ਦੀ ਜ਼ਰੂਰਤ ਨਹੀਂ ਹੈ, ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਜੇ ਅਸੀਂ ਨਗਰੋਟਾ ਸੂਰੀਆਂ ਪੌਂਗ ਡੈਮ ਦਾ ਜਿਹੜਾ ਕੈਚਮੈਂਟ ਏਰੀਆ ਜੇ ਉੱਥੇ ਦੀ ਗੱਲ ਕਰੀਏ ਤਾਂ ਉੱਥੇ ਪੰਛੀ ਔਰ ਫੈਂਸਿੰਗ ਦੇਖਣ ਵਾਲੀ ਹੈ, ਉਹ ਹਿਮਾਚਲ ਸਰਕਾਰ ਨੇ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਹਨ। ਉਹਦੇ ਮੁਕਾਬਲੇ ਸਾਡੇ ਨੰਗਲ ਦੇ ਵਿੱਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜੇ ਕਚਰੇ ਦੀ ਗੱਲ ਕੀਤੀ ਜਾਵੇ ਤਾਂ ਕਚਰਾ ਸ਼ਰੇਆਮ ਸੁੱਟਿਆ ਜਾਂਦਾ, ਅਤੇ ਜੇ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਣ ਅਤੇ ਵਿਭਾਗ ਕੋਲੋਂ ਕੋਈ ਪੁੱਛਿਆ ਜਾਵੇ ਤਾਂ ਉਹਦਾ ਜਵਾਬ ਆਉਂਦਾ ਵੀ ਇੱਥੇ ਤਾਂ ਕੁਛ ਹੋਇਆ ਹੀ ਨਹੀਂ ਹੈ, ਵੀ ਵਿਭਾਗ ਆਪ ਹੀ ਮੁਨਕਰ ਹੋ ਜਾਂਦਾ। ਸੋ ਮੈਂ ਸਿਰਫ ਇੱਥੇ ਇਹੀ ਕਹਾਂਗਾ ਕਿ ਵਿਭਾਗ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਨਹੀਂ, ਉਹ ਗੈਰ ਜ਼ਿੰਮੇਵਾਰ ਹੋ ਗਿਆ। ਵਿਭਾਗ ਪੂਰੀ ਤਰ੍ਹਾਂ ਗੈਰ ਜ਼ਿੰਮੇਵਾਰ ਹੈ, ਜੇ ਜ਼ਿੰਮੇਵਾਰ ਹੋਵੇ ਤਾਂ ਕੋਈ ਪੱਤਾ ਨਹੀਂ ਪਾਣੀ ਦੇ ਵਿੱਚ ਸੁੱਟ ਸਕਦਾ। ਪੰਛੀ ਤਾਂ ਤਕਰੀਬਨ ਜਿਵੇਂ ਚਾਈਨਾ ਤੋਂ ਆਉਂਦੇ ਆ, ਯੂਕਰੇਨ ਤੋਂ ਆਉਂਦੇ ਆ, ਸਾਈਬੇਰੀਆ ਤੋਂ ਆਉਂਦੇ ਆ, ਠੀਕ ਹੈ ਜੀ। ਪੰਛੀ ਬਹੁਤ ਦੇਸ਼ਾਂ ਤੋਂ ਆਉਂਦੇ ਆ, ਮਤਲਬ ਜਿਹੜਾ ਮੈਨੂੰ ਪ੍ਰੋਪਰ ਇਹ ਜਾਣਕਾਰੀ ਨਹੀਂ ਹੈ ਵੀ ਕਿਹੜਾ ਪੰਛੀ ਕਿਸ ਦੇਸ਼ ਤੋਂ ਜਿਹੜਾ ਇੱਥੇ ਆ ਕੇ ਪ੍ਰਵਾਸ ਵਾਸ ਕਰਦਾ ਹੈ ਸਰਦੀ ਦੇ, ਪਰ ਦੇਖਣ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਜਦੋਂ ਅਸੀਂ ਰੂਟੀਨ 'ਚ ਦੇਖਦੇ ਹਾਂ ਵੀ ਇਹ ਜਿਹੜੇ ਲੋਕਲ ਪੰਛੀ ਆ ਜਾਂ ਜਿਹੜੇ ਬਾਹਰੋਂ ਆਏ ਹੋਏ ਪੰਛੀ ਹੈ। ਦੇਖੋ ਮੈਂ ਤਾਂ ਸਿਰਫ ਇਹੀ ਕਹਾਂਗਾ ਕਿ
ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਪ੍ਰਫੁੱਲਤ ਕਰਨਾ ਹੋਵੇ, ਕਿਸੇ ਚੀਜ਼ ਨੂੰ ਵਧਾਉਣਾ ਹੋਵੇ, ਤਾਂ ਉਹਦੇ ਲਈ ਧਰਾਤਲ 'ਤੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਅਤੇ ਜਿਹੜੇ ਕੰਮ ਕੀਤੇ ਜਾਂਦੇ ਆ, ਜਾਂ ਤਾਂ ਉਹ ਚੰਡੀਗੜ੍ਹ ਮੀਟਿੰਗ ਦੇ ਵਿੱਚ ਕੰਮ ਹੋ ਜਾਂਦੇ ਆ, ਜਾਂ ਉਹ ਟੇਬਲ 'ਤੇ ਬੈਠੇ ਪ੍ਰਵਾਨਗੀਆਂ ਹੋ ਜਾਂਦੀਆਂ ਲੋਕਲ। ਅਸੀਂ 2019 ਦੇ ਵਿੱਚ ਇਹਨੂੰ ਈਰਾਨ ਸੰਧੀ ਦੇ ਤਹਿਤ ਅੰਤਰਰਾਸ਼ਟਰੀ ਦਰਜਾ ਮਿਲਿਆ। ਉਸ ਤੋਂ 19-23 ਤੱਕ ਅਸੀਂ ਨੰਗਲ ਦੇ ਵਿੱਚ ਰਹਿਣ ਵਾਲੇ ਹਾਂ, ਇੱਥੇ ਹੀ ਅਸੀਂ ਜੰਮੇ ਪਲੇ ਹਾਂ, ਇੱਥੇ ਦਾ ਹੀ ਵਾਤਾਵਰਣ ਹਵਾ ਪਾਣੀ ਪੀ ਰਹੇ ਹਾਂ, ਇੱਥੇ ਸਾਨੂੰ ਕੁਛ ਨਜ਼ਰ ਦਾ ਆ ਨਹੀਂ ਰਿਹਾ। 19-23 ਤੱਕ ਕੀ ਹੋਇਆ? ਹਾਂ, ਕਚਰਾ ਇਹਨਾਂ ਇਹਦੇ ਵਿੱਚ ਵਧਿਆ, ਉਹ ਕਚਰਾ ਇਹਨਾਂ ਦੀ ਬਦੌਲਤ ਵਧਿਆ। ਕੰਮ ਹਾਂ, ਮੈਂ ਕੰਮ ਇਹ ਆ, ਮੈਂ ਕਿਸੇ ਵੀ ਧਰਮ ਜਾਂ ਕਿਸੇ ਵੀ ਸਮਾਜ 'ਤੇ ਕਿਸੇ 'ਤੇ ਵੀ ਮੈਂ ਕੋਈ ਕਟਾਕਸ਼ ਨਹੀਂ ਕਰਨਾ ਚਾਹੁੰਦਾ। ਇਹ ਸਾਡਾ ਇੱਕ ਤਰ੍ਹਾਂ ਦਾ ਨੈਚੁਰਲ ਸਰੋਤ ਹੈ, ਸਾਨੂੰ ਇਹਨੂੰ ਪ੍ਰਦੂਸ਼ਿਤ ਖੁਦ ਵੀ ਨਹੀਂ ਕਰਨਾ ਚਾਹੀਦਾ, ਇਹਦੇ ਵਿੱਚ ਕਚਰਾ ਨਹੀਂ ਪਾਉਣਾ ਚਾਹੀਦਾ, ਜਾਂ ਇਹਦੇ ਵਿੱਚ ਕਿਸੇ ਵੀ ਕਿਸਮ ਦਾ ਜਿਹੜਾ ਇਹਦੇ ਵਿੱਚ ਕੋਈ ਸਮਾਨ ਨਹੀਂ ਸੁੱਟਣਾ ਚਾਹੀਦਾ। ਉਹਦੇ ਲਈ ਸਾਨੂੰ ਖੁਦ ਨੂੰ ਵੀ, ਆਮ ਜਨਤਾ ਨੂੰ ਵੀ ਅਵੇਅਰ ਹੋਣਾ ਪਵੇ, ਅਤੇ ਗੌਰਮੈਂਟ ਵੀ ਇਹਦੇ ਪ੍ਰਤੀ ਥੋੜ੍ਹੀ ਜਿਹੀ ਸਖਤ ਹੋਵੇ। ਹਾਂ, ਬਿਲਕੁਲ ਫਰਕ ਪਵੇਗਾ, ਕਿਉਂਕਿ ਜਦੋਂ ਤੱਕ ਵਿਭਾਗ ਇਸ ਪ੍ਰਤੀ ਸੁਚੇਤਤਾ ਨਹੀਂ ਵਿਖਾਉਂਦਾ ਹੈ, ਉਦੋਂ ਤਾਂ ਨੈਚੁਰਲੀ ਫਰਕ ਪਊਗਾ। ਇੰਟਰਨੈਸ਼ਨਲ ਵੈਟਲੈਂਡ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਕਿਹੜੀ ਪ੍ਰਜਾਤੀ ਜਿਹੜੀ ਹੈ ਇਸ ਟਾਈਮ ਸਾਡੇ? ਜਿਹੜਾ ਸਾਰਾ ਸਮਾਂ ਹੈ ਅਕਤੂਬਰ ਤੋਂ ਸ਼ੁਰੂ ਹੋ ਕੇ ਸਾਡੇ ਹੋਲੀ ਦੇ ਦਿਨਾਂ ਤੱਕ ਦਾ ਜਿਹੜਾ ਸਮਾਂ ਹੁੰਦਾ, ਇਹਦੇ ਵਿੱਚ ਜਿੰਨੇ ਵੀ ਮਾਈਗ੍ਰੇਟਰੀ ਬਰਡ ਨੇ, ਇਹ ਸਾਡੇ ਪੰਜਾਬ ਦੇ ਏਰੀਏ ਦੇ ਵਿੱਚ, ਰਾਜਸਥਾਨ ਜਿਵੇਂ ਭਰਤਪੁਰ ਹੈ, ਪੰਜਾਬ ਦੇ ਵਿੱਚ ਪੌਂਗ ਡੈਮ ਹੈ, ਹਰੀਕੇ ਹੈ, ਨੰਗਲ ਹੈ, ਰੋਪੜ ਹੈ, ਇੱਧਰ ਇਹ ਸਾਰੇ ਆਉਂਦੇ ਨੇ। ਅਤੇ ਇਸ ਸਮੇਂ ਪੰਜਾਬ ਦੇ ਵਿੱਚ ਲਗਭਗ ਭਰਪੂਰ ਰੇਸ਼ੋ ਦੇ ਵਿੱਚ ਆਏ ਹੋਏ ਨੇ। ਜਿਹੜਾ ਪੌਂਗ ਡੈਮ ਹੈ ਉਹਦੇ ਵਿੱਚ ਲਗਭਗ 80,000 ਦੇ ਕਰੀਬ ਹਰ ਸਾਲ ਆਉਂਦੇ ਨੇ, ਅਤੇ ਹਰੀਕੇ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਹੁੰਦੇ ਨੇ। ਸਾਡੇ ਨੰਗਲ ਦਾ ਜਿਹੜਾ ਵੈਟਲੈਂਡ ਹੈ, ਇੱਥੇ ਵੀ 10,000 ਤੋਂ ਵੱਧ ਜਿਹੜੀਆਂ ਇਹਨਾਂ ਦੀ ਸੈਂਸਿਸ ਕੀਤਾ ਜਾਂਦਾ ਹੈ। ਅਤੇ ਇਹਦੇ ਵਿੱਚ ਮੇਨ ਤਾਂ ਕੂਟਸ ਦੀ ਜਿਹੜੀ ਇੱਕ ਜ਼ਿਆਦਾ ਹੁੰਦਾ ਹੈ, ਬਾਰ ਹੈਡਡ ਗੀਸ ਅਤੇ ਗ੍ਰੇ ਲੈਗ, ਕੋਮਨ ਪੋਚਰਡ, ਪਿੰਟੇਲ, ਇਸ ਤਰ੍ਹਾਂ ਦੀ ਬਹੁਤ ਡਿਫਰੈਂਟ ਟਾਈਪਸ ਜਿਹੜੇ ਸਾਡੇ ਇੱਥੇ ਸਪੀਸੀਜ਼ ਹੈ ਉਹ ਮਾਈਗ੍ਰੇਟ ਕਰਕੇ ਨੰਗਲ ਦੇ ਵਿੱਚ ਸਾਡੀ ਇਸ ਵੈਟਲੈਂਡ ਨੂੰ ਬੜੀ ਖੂਬਸੂਰਤ ਬਣਾਉਂਦੇ ਨੇ। ਅੱਜ ਵੀ ਤੁਸੀਂ ਅਗਰ ਸਤਲੁਜ ਦਾ ਨਜ਼ਾਰਾ ਦੇਖੋਗੇ, ਕਿਹੜੀ ਵੀ ਸਾਈਡ ਤੋਂ ਡਾਊਨ ਸਟ੍ਰੀਮ ਜਾਓਗੇ ਤੁਸੀਂ ਨੰਗਲ ਡੈਮ ਤੋਂ ਭਲਾਣ ਦੀ ਤਰਫ ਪਰਲੇ ਦਰਿਆਵਾਂ ਰੋਪੜ ਤੱਕ, ਤਾਂ ਸਾਰੇ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਅਲੱਗ ਅਲੱਗ ਫਲੋਕ ਦੇ ਵਿੱਚ ਇਹ ਬੈਠੇ ਰਹਿਣਗੇ। ਸ਼ਾਮ ਦੇ ਟਾਈਮ ਇਹ ਉਡਾਰੀ ਮਾਰ ਕੇ ਆਪਣੇ ਆਪਣੀ ਜਗ੍ਹਾ ਪਰ ਜਾਂਦੇ ਨੇ। ਸੋ ਸਾਡਾ ਜਿਹੜਾ ਨੰਗਲ ਦਾ ਏਰੀਆ ਹੈ, ਇੱਥੇ ਇਸ ਸਮੇਂ ਕਾਫੀ ਜ਼ਿਆਦਾ ਬਰਡਸ ਆ ਚੁੱਕੇ ਨੇ। ਅਸੀਂ ਹੁਣ ਸੈਂਸਿਸ ਕਰਾਂਗੇ, ਸਾਡੀ ਇੱਕ ਟੀਮ ਹੈ, ਉਹ ਹਰ ਸਾਲ ਸੈਂਸਿਸ ਕਰ ਦੇਖਿਆ ਜਾ ਰਿਹਾ। ਪਿਛਲੇ ਸਮੇਂ ਤੋਂ ਨਾ ਦਰਬਾਰ ਦਰ ਦੀ ਸੰਖਿਆ ਘਟਦੀ ਜਾ ਰਹੀ ਹੈ, ਕੀ ਕਾਰਨ ਸਰ? ਇਹਦੇ ਵਿੱਚ ਜਿਹੜੇ ਸਰਵੇ ਕਰਦੇ ਨੇ ਔਰ ਸਪੀਸੀਜ਼ ਦੇ, ਕੋਈ ਵੀ ਚੀਜ਼ ਹੈ ਸੰਸਾਰ ਦਾ, ਕਿਸੇ ਵੀ ਚੀਜ਼ ਦਾ ਕਦੇ ਕੁਛ ਦਾ ਘਟਾਵ ਆ ਜਾਂਦਾ, ਕਿਸੇ ਦਾ ਵਧਾਵ ਆ ਜਾਂਦਾ, ਇਹਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈ। ਇਹਦੇ ਵਿੱਚ ਹੁੰਦਾ ਵੀ ਕਈ ਵਾਰ ਕਿਸੇ, ਜਿਵੇਂ ਆਪਾਂ ਕਹਿੰਦੇ ਵੀ ਕੂਟਸ ਦੀ ਕਈ ਵਾਰੀ ਜਿਹੜੀ ਉਹਨਾਂ ਦੀ ਗਿਣਤੀ ਆ ਉਹ ਜ਼ਿਆਦਾ ਆ ਜਾਂਦੀ ਹੈ, ਬਾਰ ਹੈਡਡ ਦੀ ਕਈ ਵਾਰੀ ਘੱਟ ਜਾਂਦੀ ਹੈ, ਗ੍ਰੇ ਲੈਗ ਦੀ ਘੱਟ ਵੱਧ ਜਾਂਦੀ, ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਅਦਰਵਾਈਜ਼ ਸਾਡੇ ਜਿਹੜੇ ਇੱਥੇ ਨੰਗਲ ਡੈਮ ਦੇ ਵਿੱਚ ਬਰਡਸ ਜਿਹੜੇ ਆ ਉਹ ਭਰਪੂਰ ਮਾਤਰਾ ਵਿੱਚ, ਜਿੰਨੇ ਸਾਨੂੰ ਸਾਡੀ ਵੈਟਲੈਂਡ ਦਾ ਏਰੀਆ ਹੈਗਾ, ਲਗਭਗ ਫਲੋਕ ਭਰਿਆ ਹੁੰਦਾ। ਦੇਖੋ, ਇੱਕ ਹੁੰਦਾ ਇੰਡਸਟਰੀਅਲ ਪੋਲਿਊਸ਼ਨ, ਇੱਕ ਨੈਚੁਰਲ ਪੋਲਿਊਸ਼ਨ ਹੁੰਦਾ, ਇੱਕ ਆਦਮੀ ਆਪ ਹਿਊਮਨ ਬੀਂਗ ਉਹਨੂੰ ਪੋਲਿਊਟਡ ਕਰਦਾ ਹੈ। ਜਿਹੜਾ ਤਾਂ ਹਿਊਮਨ ਬੀਂਗ ਪੋਲਿਊਟਡ ਕਰਦਾ ਹੈ ਉਹ ਤਾਂ ਬੜੀ ਮਾੜੀ ਗੱਲ ਹੈ। ਜਿਹੜਾ ਨੈਚੁਰਲ ਹੈ ਉਹ ਪੋਲਿਊਸ਼ਨ ਨਹੀਂ ਹੁੰਦਾ, ਉਹ ਜਿੰਨੇ ਵੀ ਸਾਡੇ ਮਿਨਰਲਸ ਵਾਟਰ ਦੇ ਵਿੱਚ ਜਾਂ ਹੋਰ ਸਾਡੇ ਖਣਿਜ ਜਿੰਨੇ ਵੀ ਹੁੰਦੇ ਨੇ ਉਹ ਪਾਣੀ ਦੇ ਵਿੱਚ ਆਉਂਦੇ ਰਹਿੰਦੇ ਨੇ। ਔਰ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਸਾਡਾ ਹਿਮਾਲਿਆ ਹੈ, ਹਿਮਾਲਿਆ ਤੋਂ ਹੀ ਸਾਡੀ ਸਤਲੁਜ ਆ ਰਹੀ ਹੈ।
ਹਿਮਾਲਿਆ ਜਿਹੜਾ ਗਾ ਸਾਡਾ, ਜਿਵੇਂ ਬ੍ਰਹਿਦ ਹਿਮਾਲਿਆ ਹੈ ਸਾਡਾ, ਟਰਾਂਸ ਹਿਮਾਲਿਆ ਹੈ, ਮੱਧ ਹਿਮਾਲਿਆ, ਫਿਰ ਸਾਡਾ ਸ਼ਿਵਾਲਿਕ ਹਿਮਾਲਿਆ। ਇਹ ਜਿਹੜੀ ਸਤਲੁਜ ਦਰਿਆ ਹੈ ਇਹ ਸਾਡੇ ਹਿਮਾਲਿਆ ਤੋਂ ਆ ਕਰਕੇ ਨੰਗਲ ਦੇ ਵਿੱਚ ਆਉਂਦਾ ਅਤੇ ਇਹਦੇ ਵਿੱਚ ਮਿਨਰਲਸ ਵਗੈਰਾ ਬਹੁਤ ਸਾਫ਼ ਸੁਥਰਾ ਪਾਣੀ ਆਉਂਦਾ। ਪਰ ਜਦੋਂ ਪੰਜਾਬ ਦੇ ਵਿੱਚ ਐਂਟਰ ਕਰਦਾ ਹੈ ਸਤਲੁਜ ਨੰਗਲ ਤੋਂ ਬਾਅਦ, ਫਿਰ ਇਹਦੇ ਵਿੱਚ ਪੋਲਿਊਸ਼ਨ ਜ਼ਿਆਦਾ ਹੋ ਜਾਂਦਾ। ਸੋ ਸਾਨੂੰ ਲੋਕਾਂ ਨੂੰ ਇਸ ਪੋਲਿਊਸ਼ਨ ਦਾ ਧਿਆਨ ਰੱਖਣਾ ਚਾਹੀਦਾ। ਜਿੰਨੇ ਵੀ ਲੋਕ ਆਸ ਪਾਸ ਦੇ ਏਰੀਏ ਦੇ ਵਿੱਚ ਹੁੰਦੇ ਨੇ, ਜਿਵੇਂ 100 ਮੀਟਰ ਤੱਕ ਜਿਹੜਾ ਬੈਟਲੈਂਡ ਦਾ ਏਰੀਆ, ਇੱਥੇ ਕੋਈ ਇਨਕਰੋਚਮੈਂਟ ਨਾ ਕਰੇ, ਕੋਈ ਕਬਜ਼ਾ ਨਾ ਕਰੇ। ਮੇਰਾ ਤਾਂ ਮੈਸੇਜ ਇਹੀ ਹੁੰਦਾ ਕਿ ਆਦਮੀ ਨੂੰ ਇੱਕ ਭੁਲੇਖਾ ਕਿ ਧਰਤੀ ਮੇਰੀ ਹੈ, ਪਰ ਇਹ ਧਰਤੀ ਸਿਰਫ ਇਕੱਲੇ ਆਦਮੀ ਦੀ ਨਹੀਂ ਹੈ, ਇੱਥੇ ਜਾਨਵਰਾਂ ਦੀ, ਪਸ਼ੂਆਂ ਦੀ, ਪੰਛੀਆਂ ਦੀ, ਸਾਰਿਆਂ ਦਾ ਹਿੱਸਾ ਹੈ। ਇਸ ਕਰਕੇ ਜਿੱਥੇ ਜਿੱਥੇ ਪਸ਼ੂਆਂ ਦਾ, ਜਾਨਵਰਾਂ ਦਾ, ਪੰਛੀਆਂ ਦਾ ਹਿੱਸਾ ਹੈ, ਸਾਨੂੰ ਉਹਨਾਂ ਦੀ ਧਰਤੀ 'ਤੇ ਕਬਜ਼ਾ ਨਹੀਂ ਕਰਨਾ ਚਾਹੀਦਾ। ਦੇਖੋ ਜਿਹੜੀ 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 ਨੇਚਰਲ ਹੈ ਨਾ, ਸਭ ਤੋਂ ਬੜਾ ਪ੍ਰਬੰਧ ਹੁੰਦਾ ਜੋ ਨੇਚਰ ਨੇ ਬਣਾਇਆ ਉਹਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਇਹ ਜਿਹੜਾ ਪੰਛੀ ਆਉਂਦੇ ਨੇ ਸਾਡੇ ਕਹੇ 'ਤੇ ਨਹੀਂ ਆਉਂਦੇ, ਜਾਂ ਅਸੀਂ ਸਾਡੇ ਕੁਛ, ਸਾਡਾ ਕੁਛ ਨਹੀਂ ਇਹਦੇ ਵਿੱਚ। ਜਿਹੜਾ ਨੈਚੁਰਲ ਸੋਰਸ ਆਫ ਵਾਟਰ ਹੈ ਉਹਦੇ ਨਾਲ ਡਾਊਨ ਸਟ੍ਰੀਮ ਦੇ ਵਿੱਚ ਜਦੋਂ ਪੰਛੀ ਉਹਨਾਂ ਨੂੰ ਈਡੀਬਲ ਜਿਹੜੀਆਂ ਚੀਜ਼ਾਂ ਹੁੰਦੀਆਂ ਖਾਣ ਵਾਸਤੇ ਜਿਹੜੀ ਮਿਲਦੀਆਂ, ਉਹਨੂੰ ਫਿਸ਼ ਪੂਰੀ ਮਿਲ ਜਾਂਦੀ ਹੈ, ਛੋਟੇ ਜਿਹੜੇ ਪੌਂਡ ਉਹ ਮਿਲ ਜਾਂਦੇ ਨੇ, ਜਿਹੜੇ ਕੁਛ ਰੀਡ ਜਿਹੜੇ ਸਾਡੇ ਵਿੱਚ ਪਲਾਂਟਸ ਹੁੰਦੇ ਨੇ ਜਿਹਦੇ ਵਿੱਚ ਰੀਡ ਹੈ, ਉਹਦੀ ਜਿਹੜੀਆਂ ਉਹ ਖਾਂਦੇ ਨੇ, ਪ੍ਰੋਟੀਨ ਮਿਲਦੀ ਉਹਨਾਂ ਨੂੰ, ਉਹ ਜਿਹੜੀਆਂ ਚੀਜ਼ਾਂ ਨੈਚੁਰਲ ਇੱਥੇ ਮਿਲਦੀਆਂ ਉਹਨਾਂ ਦੀ ਮਿਲਣ ਕਰਕੇ ਹੀ ਉਹ ਪੰਛੀ ਇੱਥੇ ਆਉਂਦੇ ਨੇ। ਇਹਨਾਂ ਨੂੰ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਇਹ ਨੈਚੁਰਲ ਹੀ ਹੈ। ਉਸ ਨੇਚਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਅਸੀਂ ਨਾ ਛੇੜੀਏ, ਉਹਨਾਂ ਦੇ ਬੈਂਕ ਆਫ ਰਿਵਰ ਨਾਲ ਛੇੜੀਏ, ਜਿੱਥੇ ਜਿੱਥੇ ਦਰਿਆ ਦਾ ਫਲੋ ਜਾਂਦਾ ਹੈ ਉੱਥੇ ਆਪਾਂ ਨਾ ਛੇੜੀਏ। ਜਿਵੇਂ ਆਦਮੀ ਨੂੰ ਇੱਕ ਲਾਲਚ ਹੁੰਦਾ ਕਿ ਮੈਂ ਜ਼ਮੀਨ ਦੇ ਉੱਤੇ ਖੇਤੀ ਵੱਧ ਕਰਾਂ, ਖੇਤੀ ਵੱਧ ਕਰਨ ਦੇ ਚੱਕਰ 'ਚ ਉੱਥੋਂ ਦੀ ਮਿੱਟੀ ਵੀ ਪੱਟਦਾ, ਪਾਣੀ ਨੂੰ ਵੀ ਡਿਸਟਰਬ ਕਰਦਾ, ਹੋਰ ਇਹਨਾਂ ਚੀਜ਼ਾਂ ਨੂੰ ਨਹੀਂ ਡਿਸਟਰਬ ਕਰਨਾ ਚਾਹੀਦਾ। ਕੁਛ ਏਰੀਆ ਜਿਹੜਾ ਗਾ ਜਿੱਥੇ ਪੰਛੀ ਆਉਂਦੇ ਨੇ, ਪਸ਼ੂ ਆਉਂਦੇ ਨੇ, ਜਿਹੜੇ ਖਾਸ ਕਰ ਵਿਦੇਸ਼ੀ ਜਿੰਨੇ ਵੀ ਸਾਡੇ ਮਾਈਗ੍ਰੇਟਰੀ ਬਰਡ, ਉਹਨਾਂ ਨੂੰ ਨਹੀਂ ਛੇੜਨਾ ਚਾਹੀਦਾ। ਮੈਂ ਤੁਹਾਨੂੰ ਇੱਕ ਗੱਲ ਪਰ ਇਸ ਦੱਸਦਾ, ਜਿੱਥੇ ਆਪਾਂ ਸਨੋਗੜ ਜਾਂਦੇ ਹਾਂ ਜਿੱਥੇ ਸਵਾਂ ਏਰੀਆ ਸੀ, ਅੱਜ ਤੋਂ ਲਗਭਗ 25 ਸਾਲ ਪਹਿਲੇ ਉੱਥੇ ਬਹੁਤ ਮਾਈਗ੍ਰੇਟਰੀ ਬਰਡ ਹੁੰਦੇ। ਮੇਰੇ ਨਾਲ ਪ੍ਰਭਾਤ ਭੱਟੀ ਜੀ ਸੀ, ਅਸੀਂ ਅੱਜ ਤੋਂ 25 ਸਾਲ ਪਹਿਲੇ ਸਾਰਸ ਕਰੀਨ ਦਾ ਜੋੜਾ ਸਵਾਂ ਦੀ ਨਦੀ ਦੇ ਵਿੱਚ ਦੇਖਿਆ ਸੀ, ਜਦੋਂ ਪੁਲ ਵਗੈਰਾ ਨਹੀਂ ਸੀ ਬਣਿਆ। ਪਰ ਅੱਜ ਉੱਥੇ ਫੈਕਟਰੀਆਂ ਹੋ ਗਈਆਂ, ਇੰਡਸਟਰੀ ਹੋ ਗਈਆਂ, ਉਹ ਸਾਰਾ ਏਰੀਆ ਡਿਸਟਰਬ ਹੋ ਗਿਆ। ਉਸ ਏਰੀਏ ਦੇ ਡਿਸਟਰਬ ਹੋਣ ਨਾਲ ਵੀ ਜਿਹੜਾ ਗਾ ਫਰਕ ਪਿਆ, ਨੈਚੁਰਲੀ ਇੰਡਸਟਰੀ ਦੇ ਨਾਲ ਫਰਕ ਪੈਂਦਾ ਹੈ। ਇੰਡਸਟਰੀ ਦੀ ਵੀ ਜ਼ਰੂਰਤ ਹੈ, ਪਰ ਇਸ ਲਿਹਾਜ਼ ਨਾਲ ਨਹੀਂ ਕਿ ਅਸੀਂ ਵੈਟਲੈਂਡ ਨੂੰ ਖਰਾਬ ਕਰਕੇ ਇੰਡਸਟਰੀ ਨੂੰ ਪ੍ਰਮੋਟ ਕਰ ਦਈਏ। ਵੈਟਲੈਂਡ ਦਾ ਵੀ ਸਾਨੂੰ ਧਿਆਨ ਰੱਖਣਾ ਪੈਣਾ, ਪੰਛੀਆਂ ਦਾ ਵੀ ਧਿਆਨ ਰੱਖਣਾ, ਮਨੁੱਖ ਦਾ ਵੀ, ਸਾਰੀਆਂ ਚੀਜ਼ਾਂ ਦਾ ਬੈਲੈਂਸ ਬਣਾਉਣਾ ਪੈਣਾ। ਜੇ ਆਪਾਂ ਇਕੱਲੇ ਮਨੁੱਖ ਦਾ ਹੀ ਧਿਆਨ ਰੱਖੀਏ, ਬਾਕੀ ਚੀਜ਼ਾਂ ਖਤਮ ਕਰ ਦਈਏ, ਤਾਂ ਫਿਰ ਸਾਰਾ ਕੁਛ ਖਤਮ ਹੋ ਜਾਣਾ।